ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਜਿਮਖਾਨਾ ਕਲੱਬ ਦੇ ਮੀਟਿੰਗ ਹਾਲ ਵਿੱਚ ਵਿਸ਼ਵ ਸੰਵਾਦ ਸਮਿਤੀ ਮੰਡੀ ਗੋਬਿੰਦਗੜ੍ਹ ਵੱਲੋਂ ਬਹੁਤ ਹੀ ਸ਼ਾਨੇ ਸ਼ੌਕਤ ਨਾਲ ਮਨਾਉਣ ਲਈ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਦੇਸ਼ ਭਗਤ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਵਰਿੰਦਰ ਸਿੰਘ ਪੁੱਜੇ ਅਤੇ ਵਿਸ਼ੇਸ਼ ਤੌਰ ਤੇ ਹਿਤੇਸ਼ ਸ਼ਰਮਾ ਸੈਮੀਨਾਰ ਨੂੰ ਸੰਬੋਧਨ ਕਰਨ ਲਈ ਪੁੱਜੇ। ਇਸ ਮੌਕੇ ਬੁਲਾਰਿਆਂ ਨੇ ਸੋਸ਼ਲ ਮੀਡੀਆ ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਦਿਨੋ ਦਿਨ ਫੈਲ ਰਿਹਾ ਸੋਸ਼ਲ ਮੀਡੀਆ ਆਉਣ ਵਾਲੀ ਨਵੀਂ ਪੀੜ੍ਹੀ ਲਈ ਘਾਤਕ ਸਿੱਧ ਹੋ ਸਕਦਾ ਹੈ, ਕਿਉਂਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਖ਼ਬਰ ਨੂੰ ਭੇਜਣ ਵਾਲੇ ਪਹਿਲਾਂ ਕੋਕਦੇ ਨਹੀਂ, ਜਦੋਂ ਕਿ ਸਮਾਜ ਨੂੰ ਸਹੀ ਸੇਧ ਦੇ ਰਹੇ ਪੱਤਰਕਾਰ ਆਪਣੀ ਖ਼ਬਰ ਨੂੰ ਕੋਕ ਕੇ ਉਸਦੀ ਪੜਤਾਲ ਕਰਕੇ ਭੇਜਦੇ ਹਨ। ਇਸ ਲਈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਖ਼ਬਰ ਦੀ ਕੋਕ ਕਰਨ ਤੋਂ ਬਾਅਦ ਹੀ ਅੱਗੇ ਸ਼ੇਅਰ ਕਰਨ। ਇਸ ਮੌਕੇ ਮਹਾਰਿਸ਼ੀ ਨਾਰਦ ਸੰਬੰਧੀ ਚਾਨਣਾ ਪਾਉਂਦੇ ਹੋਏ ਬੁਲਾਰਿਆਂ ਨੇ ਦੱਸਿਆ ਕਿ ਮਹਾਰਿਸ਼ੀ ਅਜਿਹੇ ਗੁਣਾਂ ਦੇ ਧਾਰਨੀ ਸਨ ਜਿਨ੍ਹਾਂ ਤੋਂ ਉਹਨਾਂ ਨੂੰ ਦੁਨੀਆ ਦੇ ਪਹਿਲੇ ਪੱਤਰਕਾਰ ਵਜੋਂ ਜਾਣਿਆ ਜਾਂਦਾ ਹੈ। ਇਸ ਮੌਕੇ ਸ਼ਹਿਰ ਦੀਆਂ ਮਹਾਨ ਸ਼ਖਸੀਅਤਾਂ ਅਤੇ ਪੱਤਰਕਾਰਾਂ ਭਾਈਚਾਰਾ ਵੀ ਹਾਜ਼ਰ ਸੀ। ਅੱਜ ਵਿਸ਼ਵ ਸੰਵਾਦ ਸੰਮਤੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਨਾਰਦ ਜਯੰਤੀ ਦੇ ਉਪਲੈਕਸ਼ ਦੇ ਵਿੱਚ ਪੱਤਰਕਾਰਤਾ ਦੇ ਲਈ ਸੋਸ਼ਲ ਮੀਡੀਆ ਦੀ ਭੂਮਿਕਾ ਇਸ ਪ੍ਰੋਗਰਾਮ ਨੂੰ ਕੀਤਾ। ਇਹ ਪ੍ਰੋਗਰਾਮ ਇੱਕ ਬਹੁਤ ਵੱਡੀ ਉਪਲਬਧੀ ਹੈ, ਤਾਂ ਕਿ ਅੱਜ ਸੋਸ਼ਲ ਮੀਡੀਆ ਦਾ ਜੋ ਯੋਗਦਾਨ ਹੈ ਉਹ ਸਮਾਜ ਨੂੰ ਜੋੜਨ ਲਈ ਅਤੇ ਦੇਸ਼ ਦੀ ਏਕਤਾ ਦੇ ਲਈ ਜਾਂ ਜਿਸ ਦਿਸ਼ਾ ਵਿੱਚ ਕੁਝ ਪੱਤਰਕਾਰ ਭਾਈ ਆਪਣੇ ਸਵਾਰਥ ਲਈ ਅਗਰ ਕੋਈ ਕੰਮ ਕਰਦੇ ਹਨ ਤਾਂ ਖ਼ਬਰ ਨੂੰ ਕਿਸ ਢੰਗ ਨਾਲ ਠੀਕ ਢੰਗ ਨਾਲ ਕੀਤਾ ਜਾ ਸਕਦਾ ਹੈ ਉਸ ਦੇ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਇਸ ਪ੍ਰੋਗਰਾਮ ਲਈ ਇਸ ਸਮਿਤੀ ਨੂੰ ਅੱਜ ਵਧਾਈ ਦਾ ਦਿੱਤਾ ਹੈ। ਨਾਰਦ ਜਯੰਤੀ ਦਾ ਕਾਰਜਕ੍ਰਮ ਹੋਇਆ ਜਿੱਥੇ ਮੰਡੀ ਗੋਬਿੰਦਗੜ੍ਹ ਦੇ ਵਿੱਚ, ਜਿਹੜਾ ਕਿ ਆਪਣੇ ਪੱਤਰਕਾਰ ਬੰਧੂਆਂ ਦੇ ਵਾਸਤੇ ਹੀ ਹੁੰਦਾ ਹੈ ਔਰ ਸ਼ਹਿਰ ਦੇ ਗਣਮਾਨੇ ਲੋਕਾਂ ਦੇ ਵਾਸਤੇ, ਜਿਹਦੇ ਵਿੱਚ ਆਪਣੇ ਸਾਡੇ ਦਿੱਲੀ ਤੋਂ ਆਏ ਹੋਏ ਜਿਹੜੇ ਹਿਤੇਸ਼ ਸ਼ੰਕਰ ਜੀ ਥੇ ਪੰਜਨਯ ਦੇ ਸੰਪਾਦਕ, ਉਹਨਾਂ ਨੇ ਹਿੱਸਾ ਲਿੱਤਾ ਮੁੱਖ ਵਕਤਾ ਦੇ ਤੌਰ ਦੇ ਉੱਤੇ, ਔਰ ਡਾਕਟਰ ਵਰਿੰਦਰ ਸਿੰਘ ਜੀ ਇਹ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਵਾਈਸ ਚਾਂਸਲਰ, ਉਹਨਾਂ ਨੇ ਉਹ ਅੱਜ ਦੇ ਮੁੱਖ ਮਹਿਮਾਨ ਸੀਗੇ, ਅਤੇ ਸ਼੍ਰੀ ਵਿਨੋਦ ਗਹਿਲੋਤ ਜੀ ਅੱਜ ਦੇ ਕਾਰਜਕ੍ਰਮ ਅਧਿਆਕਸ਼ ਸੀ ਔਰ ਉਹਨਾਂ ਨੇ ਜਾਣੀ ਪੱਤਰਕਾਰਾਂ ਦੇ ਨਾਲ ਆਪਣੀ ਸੋਸ਼ਲ ਮੀਡੀਆ ਦੇ ਬਾਰੇ ਗੱਲਬਾਤ ਕੀਤੀ। ਮੰਡੀ ਗੋਬਿੰਦਗੜ੍ਹ ਤੋਂ ਪੰਜਾਬੀ ਸਰਗਰਮੀ ਲਈ ਭੁਪਿੰਦਰ ਸਿੰਘ ਢਿੱਲੋਂ ਦੀ ਰਿਪੋਰਟ।